ਮੁਜੇ ਰੀਤਾ ਵਿੱਚ ਖਸਾਲਿਆ ਸਵਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਬਰਦਾਨ ਕੀਤਾ ਕਿ ਪੁਰਾਣੇ ਸੰਸਦ ਭਵਨ ਵਿੱਚ ਦਿੱਸ਼ਤੀਆਂ ਲੋੜਾਂ ਦੀ ਪੂਰਤੀ ਲਈ ਕੰਮ ਹੋਇਆ ਜਦ ਕਿ ਨਵੇਂ ਭਵਨ ਵਿੱਚ 21ਵੀਂ ਸਦੀ ਦੇ ਭਾਰਤ ਦੀਆਂ ਉਮੀਦਾਂ ਤੇ ਸਦਰਾਂ ਪੂਰੀਆਂ ਕੀਤੀਆਂ ਕਿੱਥੇ ਛਾਂਕਿਆ ਉਹਨਾਂ ਨੇ ਕਿ ਪੁਰਾਣੀ ਸੰਸਦ ਭਵਨ ਨੇ ਸੁਤੰਤਰਤਾ ਤੋਂ ਬਾਅਦ ਦੇਸ਼ ਨੂੰ ਦਿਸ਼ਾ ਦਿੱਤੀ ਅਤੇ ਨਵਾਂ ਪਵਨ ਆਤਮਵਿਰ ਪਰ ਭਾਰਤ ਦੇ નિર્ਮਾਣ ਦਾ ਗਵਾਹ ਬਣੇਗਾ उन्ह आख्या कि जिस तरह इंडिया गेट के अगर नैशनल वॉर मेमोरियल ने पछाण बनाई है उस तरह संसद नवी की नवीं इमारत अपनी पछाण स्थापित करेगी उन्होंने आख्या के वाली के गया कि आने वाली पीढ़ियां नवे संसद भवन देख के माण महसूस कर सुतंत्र भारत में पड़िया है उन्होंने कहा कि आज़ादी के पचहत् साल याद करके इस नवे संसद भवन का निर्माण हो रहा है ਰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਵਕਤ ਇੱਕ ਲੋਕਰਾਜੀ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਖੂਨ ਤੇ ਸ਼ਕਤਾਇਆ ਜਾ ਰਹੀ ਸੀ ਅਨਪੜਤਾ ਗਰੀਬੀ ਸਮਾਜਿਕ ਗੁਪਿੰਤਾ ਸਬੀਤ ਕਈ ਤਰ੍ਹਾਂ ਦਾ ਲੇਪ ਵਿਖਵਾਨੀ ਕੀਤੀ ਗਈ ਸੀ ਕਿ ਭਾਰਤ ਵਿੱਚ ਲੋਕਰਾਜਾ ਸਫਲਤਾਪੂਰਵਕ ਆਵਕਾ ਉਹ ਨਾ ਕਿ ਕਿ ਸਾਨੂੰ ਸਾਰਿਆਂ ਨੂੰ ਆਪਣੇ ਖੇਤਾਂ ਦੀ ਬਜਾਏ ਦੇਸ਼ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ ਕਿਸਾਨਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅंदोलਨ ਅਜ 15ਵਾਂ ਦਿਨ ਵਿਚਾਰੀ ਹੈ ਬੀਤੇ ਦਿਨ ਸਰਕਾਰ ਨੇ ਕਿਸਾਨਾਂ ਵੱਲੋਂ ਚੁੱਕੇ ਗਏ ਵੱਖ-ਵੱਖ ਮੁੱਦਿਆਂ ਦਾ ਹੱਲ ਲੱਭਣ ਲਈ ਕਿਸਾਨ ਜਥੇਬੰਦੀਆਂ ਨੂੰ ਕੁਝ ਪ੍ਰਸਤਾਵ ਭੇਜੇ ਸਨ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਆਪਣਾ ਅੰਦੋਲਨ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਇਸੇ ਦੌਰਾਨ ਖਰੀਆਨਾ ਨਾਲ ਲੱਗਦੇ ਦਿੱਲੀ ਦੇ ਵੱਖ-ਵੱਖ ਮਹੱਤਵਪੂਰਨ ਬਾਰਡਰ ਕੋਆਇਟਾਂ ਤੇ ਆਵਾਜ਼ਾਂ ਜਹੀ ਜਪਦ ਹੈ ਦਿੱਲੀ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਸਿੰਗੂ, ਹੋਚਾਂਡੀ, ਪਿਆਓ, ਮਨਿਆਰੀ ਅਤੇ ਮੰਗੇਸ਼ਪੁਰ ਬਾਉਡਰ ਬਦਨੀ ਕੌਮੀ ਰਾਜਮਾਰਗ 44ਵੀਂ ਬੰਦ ਹੈ ਜਦੋਂ ਕਿ ਨਿਕਰੀ ਬਾਰਡਰ ਤੇ ਵੀ ਆਵਾਜਾਈ ਲਗਭਗ ਬੰਦ ਹੈ ਉੱਧ ਚਰੋਟਾ ਬਾਉਡਰ ਦਾ ਸਿਰਫ ਇੱਕ ਪਾਸੇ ਦਾ ਮਾਰਗ ਹੀ ਚੱਲੂ ਕੀਤਾ ਗਿਆ ਹੈ ਦਿੱਲੀ ਟ੍ਰੈਫਿਕ ਪੁਲਿਸ ਨੇ ਵੀ ਦੱਸਿਆ ਕਿ Haryana ਲਈ ਦੌਰਾਲਾ ਕਪ ਸਹਿੜਾ ਬਦੂਸਰਾਏ ਰਾਜੌਕਰੀ ਕੌਮੀ ਰਾਜਮਾਰਗਟ ਵਿਜਵਾਸਨ ਪਾਲਮ ਵਿਹਾਰ ਤੇ ਡੂੰਡਾ ਹੀੜਾ ਬਾਉਡਰ ਖੁੱਲ੍ਹੇ ਖੰਨ ਅंदोलਨਕਾਰੀ ਕਿਸਾਨ ਸਾਰੇ ਹੀ ਮਹੱਤਵਪੂਰਨ ਬਾਰਡਰਾਂ ਤੇ ਢੇਰਾ ਲਗਾ ਕੇ ਬੈਠੇ ਹਨ ਤੇ ਪੁਲਿਸ ਨੇ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਹਨ ਪੁਲਿਸ ਵੱਲੋਂ ਟ੍ਰੈਫਿਕ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਬਦਲਵੇਂ ਰਸਤੇ ਆ ਤੇ ਪਾਇਆਚਾਰਿਆ ਹੈ ਇਸੇ ਦੌਰਾਨ ਪੰਜਾਬ ਦੇ ਦੂਰ ਦਰਾਡੇ ਇਲਾਕਿਆਂ ਤੋਂ ਕਿਸਾਨਾਂ ਦਾ ਦਿੱਲੀ ਬਾਰਡਰ ਤੇ ਪਹੁੰਚਣਾ ਚਾਰੀ ਹੈ ਸਰਕਾਰ ਦੇ ਪਰੋਸਿਆਂ ਦੇ ਬਾਵਜੂਦ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਕੰਮਲ ਤੌਰ ਤੇ ਰੱਦ ਕੀਤੇ ਜਾਣ ਦੀ ਮੰਗ ਤੇ ਸਾਡੇ ਖੇ ਖਾਨ ਜੰਮੂ ਅਤੇ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕਾਉਂਸਲ ਦੇ 5ਵੇਂ ਗੇਟ ਦੇ મતદાન ਦੌਰਾਨ ਅੱਜ ਸਵੇਰੇ 7 ਵਜੇ ਤੋਂ 2 ਵਜੇ ਤੱਕ ਵੋਟਾਂ ਪੁਆਈਆਂ ਗਈਆਂ। ਦੁਪਹਿਰ 1:00 ਵਜੇ ਤੋਂ 1:00 ਵਜੇ ਤੱਕ 43.27% ਪੋਲਿੰਗ ਦੀ ਖਬਰ ਸੀ ਸਰਕਾਰੀ ਅਧਿਕਾਰੀ ਨੇ ਸ਼ਰਨਗਰ ਵਿੱਚ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਕੁੱਲ ਮਿਲਾ ਕੇ ਸ਼ਾਂਤੀਪੂਰਨ ਤੰਗੜਾ ਲ ਮੁਕੰਮਲ ਹੋ ਗਿਆ ਹੈ ਆਜ਼ਾਦ ਤੇ নিরপেক্ষ ਚੋਣਾਂ ਲਈ ਸੁਰੱਖਿਆ ਦੇ ਪੂਕਤਾ ਬੰਦੋਬਸਤ ਕੀਤੇ ਗਏ ਸਨ ਪੰਜਵੇਂ ਗੇਟ ਦੌਰਾਨ ਜ਼ਿਲ੍ਹਾ ਵਿਕਾਸ ਕਾਉਂਸਲਰ ਦੇ 37 ਹਲਕੇ ਵਿੱਚ મતદાન ਕਰਵਾਇਆ ਗਿਆ ਲੋਕਾਂ ਨੇ ਕੜਾਕੇ ਦੀ ਠੰਡ ਦੀ ਪਰਵਾਹ ਨਾ ਕਰਦਿਆਂ ਲੋਕਰਾਜੀ ਅਮਲ ਵਿੱਚ ਹਿੱਸਾ ਲਿਆ ਕੈਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਨਾਰੀਆ ਬਾਗ ਵਿਖੇ ਗੁਲਾਮ ਅਹਿਮਦ ਗੁਰੂ ਨਾਮਿਕ 110 ਸਵਰਾਂ ਦੇ ਬਜ਼ੁਰਗ ਨੇ ਆਪਣੇ ਵੋਟ ਪਾਉਣ ਦੇ ਹੱਕ ਦੀ ਵਕਤੋਂ ਕੀਤੀ। ਕੌਮੀ ਜਾਂਚ ਏਜੰਸੀ NIA ਨੇ ਖਾਲਿਸਤਾਨ ਲਈ ਰੈਫਰੈਂਡਮ 2020 ਕੇਸ ਨਾਲ ਜੁੜੇ 16 ਵਿਅਕਤੀਆਂ ਖਿਲਾਫ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ। NIA ਨੇ ਅਮਰੀਕਾ, ਬਰਤਾਨੀਆ ਤੇ ਕੈਨੇਡਾ ਵਿੱਚ ਵਸਦੇ ਇਨ੍ਹਾਂ 16 ਵਿਅਕਤੀਆਂ ਖਿਲਾਫ ਦੇਸ਼ ਤਰੋਧੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ ਤੇ ਦੋਸ਼ਾਂ ਤਹਿਤ ਚਾਰਸ਼ੀਰ ਦਾਇਰ ਕੀਤੀ ਹੈ। ਐਜੰਸੀ ਮੁਤਾਬਕ ਜਿੰਨਾ ਮਲਜ਼ਮਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਉਹਨਾਂ ਵਿੱਚੋਂ 7 ਮਲਜ਼ਮ ਅਮਰੀਕਾ 6 ਬਰਤਾਨੀਆ ਤੇ 3 ਕੈਨੇਡਾ ਤੋਂ ਐਜੰਸੀ ਵੱਲੋਂ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਗਿਆ ਕਿ ਇਹਨਾਂ ਵਿਅਕਤੀਆਂ ਨੇ ਖਾਲਿਸਤਾਨ ਦੀ ਸਥਾਪਨਾ ਲਈ ਰੈਫਰੈਂਡਮ 2020 ਦੇ ਬੈਨਰ ਹੇਟ ਵਕਵਾਤੀ ਮੁਹਿੰਮ ਚਲਾਉਣ ਦੀ ਸਾਜ਼ਿਸ਼ ਘੜੀ ਸੀ ਗ੍ਰਹਿ ਮੰਤral ਲੈਵਲ ਦੇ دہشتਗ੍ਰਹਿ ਨਾਮਜ਼ਦ ਕੀਤੇ ਗਏ ਗੁਰਪਤਵਰ ਸਿੰਘ ਪੰਨੂ ਹਰਦੀਪ ਸਿੰਘ ਦੇਜਰ ਅਤੇ ਪਰਮਜੀਤ ਸਿੰਘ ਦਿਨਾਵੀ ਨਾ ਮਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ ਸੋਚੀ ਇਸਨ ਇਸ ਬੁਰੀਤਨ ਦੇ ਖਬਰਾ ਹੁਣ ਇਛਾਸਤਿਓ ਨਮਸਕਾਰ